ਨਰਾਜ਼ ਤਾਂ ਨਹੀਂ ਹੋਏ ਨਾ? ਹੁਣ ਇੱਕ ਮਜਲਿਸ ਤੋਂ ਮੈਂ ਨਮਾਜ਼ ਵਾਲੀ ਭੁੱਲ ਨਹੀਂ ਆ ਗਈ, ਅੱਲਾਹ ਤੁਹਾਡਾ ਭਲਾ ਕਰੇ। ਫਰਮਾਇਆ ਜੋ ਜਮਾਤ ਨਾਲ ਨਮਾਜ਼ ਸਭ ਤੋਂ ਪਹਿਲਾ ਕੰਮ ਮੈਂ ਕਰਾਂ। ਹਜ਼ੂਰ ਫਰਮਾਇਆ ਹੈ ਹਦੀਸ ਹੈ, ਬਾਈ ਕੋਈ ਬੰਦਾ ਸੋਨੇ ਤੇ ਚਾਂਦੀ ਦਾ ਭਰੇ ਹੋਇਆ ਮਕਾਨ ਖੁਦਾ ਦੀ ਰਾਹ 'ਚ ਖਰਚ ਕਰੇ, ਨਿੱਕੀ ਜਿਹੀ ਗੱਲ ਤਾਂ ਨਹੀਂ, ਪਤਾ ਨਹੀਂ ਦੋ ਗੱਡ ਰਾਏ ਤ੍ਰੈ ਗੱਡ ਰਾਏ ਕਿੱਡਾ ਮਕਾਨ ਹੈ ਅੱਜ ਸਾਹਿਬ, ਏਡਾ ਵੱਡਾ ਮਕਾਨ ਹੋਵੇ ਅਤੇ ਸੋਨੇ ਚਾਂਦੀ ਨਾਲ ਉਹ ਭਰੇ ਹੋਏ ਹੋਵੇ। ਫਰਮਾਇਆ ਉਸ ਦਾ ਸਵਾਬ ਘੱਟੇ ਅਤੇ ਹੱਜ ਬੈਤੁੱਲਾ ਦਾ ਸਵਾਬ ਲਿਆ। ਏਡਾ ਵੱਡਾ ਖਰਚਾ ਬੰਦਾ ਕਰੇ ਉਹਦਾ ਸਵਾਬ ਥੋੜ੍ਹਾ ਹੈ, ਹੱਜ ਬੈਤੁੱਲਾ ਦਾ ਸਵਾਬ ਲਿਆ। ਕਿਬਲਾ ਸਾਹਿਬ ਨੇ ਦਕਾਇਕ ਵਿੱਚ ਹਦੀਸ ਇਹ ਵਜ਼ਾ ਫਰਮਾਈਏ, ਉਹਨਾਂ ਫਰਮਾਇਆ ਜੋ ਕੋਈ ਬੰਦਾ, ਹਜ਼ੂਰ ਫਰਮਾਇਆ ਕੋਈ ਬੰਦਾ ਵੀ ਹੱਜ ਕਰੇ ਅਤੇ ਕਰੇ ਬੈਤੁੱਲਾ ਦੇ ਅਤੇ ਕਰੇ ਮਕਬੂਲਾ, ਸਿਰ ਲਿਆ ਮਕਬੂਲਾ ਹੱਜ ਜਿਹੜੀ ਖੁਦਾ ਦੀ ਬਾਰਗਾਹ 'ਚ ਕਬੂਲ ਹੋਵੇ, ਇਹੋ ਜਿਹੇ ਵੀ ਹੱਜ ਕਰੇ, ਫਰਮਾਇਆ ਉਹਨਾਂ ਦਾ ਸਵਾਬ ਘੱਟੇ ਅਤੇ ਵਾਜਿਬ ਨਮਾਜ਼ ਦਾ ਸਵਾਬ ਜ਼ਿਆਦਾ। ਸੁਭਾਨ ਅੱਲਾਹ, ਉਸਦਾ ਸਵਾਬ ਥੋੜ੍ਹਾ ਹੈ, ਵਾਜਿਬ ਨਮਾਜ਼ ਦਾ ਸਵਾਬ ਜ਼ਿਆਦਾ ਹੈ। ਇਸ ਵਾਸਤੇ ਅਹਿਮੀਅਤ ਨਮਾਜ਼ ਵਾਸਤੇ 300 ਤੋਂ ਜ਼ਿਆਦਾ ਦਫ਼ਾ ਅੱਲਾਹ ਕੁਰਾਨ 'ਚ ਫਰਮਾਇਆ ਹੈ, ਅਕੀਮੁਸ ਸਲਾਤ, ਨਮਾਜ਼ ਕਾਇਮ ਫਰਮਾਓ। ਜਿਹੜੇ ਡਾਢੇ ਨੇ ਕਾਬੜੇ ਸਲਵਾਤ ਪੜ੍ਹੋ ਜੀ, ਆਓ ਮਾਸ਼ਾਅੱਲਾ। ਮੈਂ ਚੁੱਕੇ ਤੁਹਾਡਾ ਵਤਨੀ ਨਿਆਜ਼ਮੰਦ ਆ, ਇਸ ਵਾਸਤੇ ਮੈਂ ਉਹ ਰੰਜ ਵਾਲੀਆਂ ਗੱਲਾਂ ਤਾਂ ਕਰਦੀਆਂ ਹੀ ਨਹੀਂ ਨਾ। ਇਹ ਨਮਾਜ਼ ਅੰਬਿਆ ਆਖੀ, ਮੁਰਸਲੀਨ ਆਖੀ, ਪੈਗੰਬਰਾਂ ਆਖੀ, ਹਜ਼ੂਰ ਤਾਂ ਇਹਦੀ ਪੜ੍ਹੀ ਜੋ ਅੱਲਾਹ ਕਿਹਾ ਥੋੜ੍ਹੀ ਜਿਹੀ ਘਟਾ, ਮੈਂ ਕੋਲੋਂ ਤਾਂ ਨਹੀਂ ਪਿਆ, ਥੋੜ੍ਹੀ ਜਿਹੀ ਘਟਾ ਦੇ। ਹਜ਼ਰਤ ਅਮੀਰ ਅਲ ਮੋਮਿਨੀਨ ਇਹਦੀ ਪੜ੍ਹੀ ਜੋ 1000 ਰਕਾਤ ਸਿਰਫ ਨਫਲਾ, ਬਾਕੀ ਨਮਾਜ਼ਾਂ ਉੱਤੋਂ ਇਹ ਪੜ੍ਹ ਕੇ ਬੈਠੇ ਫਰਮਾਉਂਦੇ ਨੂੰ, ਮੇਰੇ ਅੱਲਾਹ ਜੰਨਤ ਦਾ ਲਾਲਚ ਨਹੀਂ ਅਲੀ ਨੂੰ, ਜਹੰਨਮ ਦਾ ਡਰ ਨਹੀਂ, ਮੈਂ ਤਾਂ ਝੁਕ ਝੁਕ ਹੋਏ ਨਾ ਜੋ ਤੇਰੀ ਜ਼ਾਤ ਲਾਏ ਕੇ ਬਾਤ। ਨਾਰਾਏ ਤਕਬੀਰ, ਨਾਰਾਏ ਰਿਸਾਲਾ, ਨਾਰਾਏ ਹੈਦਰੀ, ਬਾਬਾ ਦੇ ਬੁਲੰਤਰ ਤੁਹਾਡਾ ਬਲਕ ਕਰੇ ਤੋ ਜਨਾਬ ਅਲੀ ਨਬੀ ਆਖੀ, ਇਮਾਮ ਆਖੀ, ਵਦ ਜਨਾਬ ਅਲੀ ਇਮਾਮ ਦੀ ਗੈਬਤ ਹੋ ਗਈ, ਉਲਮਾ ਦੇ ਹਵਾਲੇ ਦੀਨ ਹੋ ਗਿਆ, 12ਵੇਂ ਫਰਮਾਇਆ, 11ਵੇਂ ਫਰਮਾਇਆ, ਜੋ ਅਸੀਂ ਅੱਲਾਹ ਦੀ ਤਰਫੋਂ ਹੁਜਤ ਆਏ ਅਤੇ ਉਲਮਾ ਹੱਕ ਸਾਡੀ ਤਰਫੋਂ ਤੁਹਾਡੇ ਉੱਤੇ ਹੁਜਤ ਇਹਨੇ ਨਾ ਵੱਧ ਉਲਮਾ ਦਾ ਸਿਲਸਿਲਾ ਜਾਰੀ ਹੋਇਆ, ਨਾਇਬੀਨ ਤੋਂ ਲੈ ਕੇ ਸ਼ੇਖ ਸਦੂਕ ਅਲੈ ਰਹਿਮਤ ਤੋਂ ਲੈ ਕੇ ਅਤੇ ਸਿਲਸਿਲਾ ਲਗਾਇਆ ਅੱਜ ਤੱਕ, ਅਤੇ ਬਹੁਤ ਬੜੀ ਲਿਸਟ ਹੈ ਉਲਮਾ ਦੀ ਜਿਹਨਾਂ ਦੀਆਂ ਕੁਰਬਾਨੀਆਂ ਹੀ ਹਨ, ਜਿਹੜੇ ਕੈਦਾਂ ਹੀ ਨਿਭਾਈਆਂ ਨੇ, ਜਿਹਨਾਂ ਪਰੇਸ਼ਾਨੀਆਂ ਡਿੱਠੀਆਂ, ਜਿਹਨਾਂ ਦੇ ਕੁਤਬ ਖਾਨੇ ਜਲਾਏ ਗਏ। ਹਰ ਆਲਿਮ ਜਿਹੜਾ ਆਲਿਮ ਆਈ, ਮੈਂ ਸਿਰੇ ਬਾਬਾ ਆਲੇ ਦੀ ਗੱਲ ਨਹੀਂ ਪਿਆ ਕਰ, ਪਟਕਾਈ ਲਾ ਲਵੀਂਦਾ 5 ਮੀਟਰ ਦਾ, ਅਤੇ ਉੱਥੋਂ ਈਰਾਨ ਜ਼ਿਆਰਤ 'ਤੇ ਬਣੀ ਵੇ, ਤਾਂ ਇੱਥੋਂ ਕੋਈ ਆਖੇ ਨਾ 5 ਅਬਾਵਾਂ ਲਈ ਆ, ਉਹ 5 ਹੀ ਠਹਿਦੀਆਂ, 7 ਲਵੀ ਵੇ ਤਾਂ 7 ਠਹਿ ਵੇਦੀਆਂ, ਕੋਈ 15 ਲਾਇਆ ਵੇ ਤਾਂ 15 ਅਬਾ ਅਤੇ ਅਮਾਮੇ ਦੀ ਇਹ ਹਾਲਤ ਮਕਸੂਦ ਨਹੀਂ, ਅਬਾ ਅਤੇ ਅਮਾਮੇ ਦੇ ਵਿੱਚ ਆਪਣੇ ਇਲਮ ਨੂੰ ਜਾਹਿਲ ਆਪਣੇ ਇਲਮ ਦਾ ਇਜ਼ਹਾਰ ਕਰੇ ਦਿਲ, ਜਦਕਿ ਉਸਦੇ ਅਹਿਲ ਨਹੀਂ ਹੁੰਦੇ। ਆਲਿਮ ਆਲਿਮ ਹੋਰ ਹੁੰਦਾ, ਆਲਿਮ ਹੁੰਦਾ ਜਿਹਦੀ ਜ਼ਿੰਦਗੀ ਪੜ੍ਹਦਿਆਂ ਲੱਗ ਪੈਂਦੀ ਹੈ। ਇੱਕ ਵਾਰੀ ਪੀਰ ਜ਼ਹੂਰ ਹਸਨ ਸ਼ਾਹ ਸਾਹਿਬ ਤੋਂ ਪਹਿਲੂ ਮੈਂ ਪੜ੍ਹਦਾ ਕਲਾਮ, ਇਹਦੇ ਪੀਰ ਅਬਦੁਲ ਰਹਿਮਾਨ, ਅਤੇ ਪਿੱਛੋਂ ਪੀਰ ਹੋਰੀ ਬੈਠੇ ਹਨ, ਇਹ ਮੁੰਡੇ ਆਲੇ ਜਾਣਦੇ ਹੋ, ਹੁਣ ਜਨਾਬ ਅਲੀ ਜਿਹੜੇ ਲਗਵਾਏ ਮੈਂਬਰ ਛੋੜਿਆ, ਅਤੇ ਉਹ ਪਿੱਛੋਂ
स्टेट सेक्रेटरी ऐलान किया और सके जी अब आपके सामने हुज्जतुल इस्लाम वल मुस्लिमीन अलामा सैयद ज़हूरुल हसन शाह साहब आप मुंदे सैयद किताब फरमाएंगे हे तो शाह बैठा हो सके चबला न मार असा आलम नहीं सुनते बैठे हो आलमा आलम वास्ते जिंदगी लगती है पहलू वो पढ़ते ते मेरा साईं हट के ते मुड़ आके खुदा दा दीन दसेंदे न विकदे नहीं इस ते मुड़ इंशाल्लाह किसी दिन रोशनी पैसा तो मेरे मेहरबाना हो आलमा भी ये गल दसी नमाज 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 हर मजलस च नमाज अगर कोई जलसा है तो नमाज का जिक्र है अगर कोई जनाब अशूरा है सैयद शहदा है नमाज दे अज़कार है हर जाते महफल च बुजुर्ग हर ले पुत्रन वादे नमाज नमाज ले अगर इजाजत दियो तो हदीस की रोशनी दसें इस नमाज का फायदा क्या है अल्लाह जो आता है पढ़ो ते पढ़ो ते पढ़ो आखिर इसका फायदा के क्या असी भी नमाज हो जाए तो खुदा दी खुदाई नु कोई फर्क का सी सिर लया है अज आले मजमून वास्ते मदद मंगदा बैठा मेरा साईं क्या मुस्तफा दी मुस्तफाई च कोई फर्क का सी या हैदर करार दी इमामत च कोई फर्क का सी असी सारे बेनमाज हो जाए नहीं मेरे मेहरबाना नमाज का फायदा सानू है हजूर फरमाए दिल पहला फायदा फरमाया मारिफतुल लिल ईमान अस्सलात मेरा आका मुस्तफा फरमाइंदे जेड़ा बंदा आखे ना जो मेरा अकीदा बड़ा ठीक है ते मैं टफ अकीदे दा मालिक हाँ ते एतकाद बड़े सोने रखना ते मेरे नजरियात बड़े पुख्ता है उस बंदे नू चेक करो फरमाया मारिफतुल लिल ईमान अस्सलात फरमाया जेड़ा तेरा अकीदा है जेड़ा तेरा ईमान है इस दी मार्फत दा जरिया है अल्लाह दी नमाज ये अकीदा साबित ता होंदा है जे बंदा नमाजी होवे ता जेड़ा पिछू अकीदा होवे अगू जाहिर होंदा है सुनते बैठे हो मैं कहीं जमात करावण तो नहीं आया कबड़ी गया सलवात पढ़ो उचे आवाज नाल अल्लाह एक थोड़ा जिया एक बारी सलवात का थोड़ा जिया जोर बधाई हो भला बता है अल्लाह मार्फत ईमान का जरिया है अल्लाह दी नमाज ये पहला फायदा कहीं होया इंसान इन्हें ना दूसरा फायदा फरमाया कराहतुल शैतान अस्सलात जड़ा बंदा चाहता है जो मैं शैतान के चुंगल चो आजाद रहा हमेशा चंगे काम करा बुराइया तो बचा नेकियां ही करा ते जनाब अली अपनी दुनिया ही संवारा ते अपनी आखरत नु संवारा ते मैं जनाब इस कमीने तो महफूज रहा ते मैं 14 की सीरत ते अमल हमेशा हमेशा करेंदा रहा फरमाया कराहतुल शैतान अस्सलात फरमाया इस कमी ने इबलीस तो बचावण वाली शायद ना है अल्लाह दी नमाज सुभान अल्लाह मारफत दा जरिया और फिर दूसरा क्या है शैतान तो बचण दा जरिया तीसरी शाय पूरी तवज्जो नाल सुनया हदीस तीसरी शाय फरमाया राहतुल लिल बदन अस्सलात जेड़ा बंदा चाहता है ना हर ले शिकवे करे दा मैं बीमार हाँ फलानी बीमारी है शुगर हो गई ब्लड प्रेशर हो गया ये हो गया ते वो हो गया फरमाया इलाज सारे कर सुन्नत ते मुस्तफा इलाज करना फरमाया इलाज ही कर ते सब तो वड्डा इलाज है राहतुल लिल बदन इस जिस्म दियां कसाफतां नूं दूर करण वाली शायद ना है अल्लाह दी नमाज माशाल्लाह कोई नमाज दिए अल्लाह।